ਸ਼ਰਧਾ ਨਾਲ ਤੁਸੀਂ ਹਰ ਸਾਲ ਇਹ ਦਿਨ ਨੂੰ ਮਨਾਉਂਦੇ ਹਾਂ। ਮਹਾਮਾਈ ਦੇ ਚਰਨਾਂ 'ਚ ਬੈਠ ਕੇ ਆਪਾਂ ਸਾਰੇ ਪਰਿਵਾਰ ਗੁਣ ਗਾਇਨ ਕਰਦੇ ਹਾਂ, ਮਾਂ ਦੀਆਂ ਪੇਟਾਂ ਗਾਉਂਦੇ ਹਾਂ, ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ। ਔਰ ਜਦੋਂ ਅਸੀਂ ਪਿਛਲਾ ਇਤਿਹਾਸ ਵੇਖਦੇ ਹਾਂ, ਸਾਡੇ ਗੁਰੂਆਂ ਦੀ ਬਹੁਤ ਵੱਡੀ ਤਪੱਸਿਆ, ਬੜੀਆਂ ਵੱਡੀਆਂ ਕੁਰਬਾਨੀਆਂ, ਜਿਨ੍ਹਾਂ ਦੇ ਸਦਕਾ ਅਸੀਂ ਸਾਰੇ ਪਰਿਵਾਰ ਅੱਜ ਆਨੰਦ ਮਾਣ ਰਹੇ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬਹੁਤ ਵੱਡਾ ਖਜ਼ਾਨਾ ਦਿੱਤਾ, ਜਿਹਦੀ ਅੱਜ ਲੋੜ ਆ ਸਾਡੀ ਯੁਵਾ ਪੀੜ੍ਹੀ ਨੂੰ, ਵੀ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਹੋਈਏ। ਉਹਨਾਂ ਦੀ ਜਿਹੜੀ ਕੀਤੀ ਤਪੱਸਿਆ ਉਹਦਾ ਫਲ ਤਾਂ ਅਸੀਂ ਖਾ ਰਹੇ ਹਾਂ, ਪਰ ਉਹ ਤੋਂ ਅੱਗੇ ਵੀ ਅਸੀਂ ਗਿਆਨ ਜਿਹੜਾ ਵਧਾਈਏ। ਤਾਂ ਹੀ ਸਾਨੂੰ ਇਹੋ ਜਿਹੇ ਦਿਨ ਮਨਾਉਣ ਲਈ ਹੋਰ ਚੰਗੇ ਲੱਗਣਗੇ। ਸਾਨੂੰ ਮਹਾਮਾਈ ਸਾਨੂੰ ਹੋਰ ਮੇਰਾ ਪ੍ਰਯਾਸ ਰੱਖੂਗੀ, ਸਾਨੂੰ ਹੋਰ ਤਰੱਕੀ ਮਿਲੂਗੀ। ਮੈਂ ਵੀ ਅੱਜ ਮਹਾਮਾਈ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਮਹਾਮਾਈ ਮੇਰੇ ਸਾਰਿਆਂ ਪਰਿਵਾਰਾਂ 'ਤੇ ਮਿਹਰ ਪ੍ਰਯਾਸ ਰੱਖੇ, ਸਾਨੂੰ ਸਾਰਿਆਂ ਨੂੰ ਪਿਆਰ ਇਤਫਾਕ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਮੇਰੇ ਸਾਰੇ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਇਸੇ ਤਰ੍ਹਾਂ ਹੀ ਅਸੀਂ ਹਮੇਸ਼ਾ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਚੱਲਦੇ ਰਹੀਏ, ਕਿਉਂਕਿ ਮੈਂ ਹਰ ਸਾਲ ਇੱਥੇ ਹਾਜ਼ਰੀ ਲਾਉਣਾ। ਮੈਂ ਅੱਜ ਤੁਹਾਡੀ ਸਾਰੀ ਸੰਗਤ ਦਾ ਧੰਨਵਾਦ ਵੀ ਕਰਦਾ, ਰਿਣੀ ਵੀ ਹਾਂ, ਤੁਹਾਡਾ ਕਰਜ਼ਦਾਰ ਵੀ ਹਾਂ। ਤੁਸੀਂ ਸਾਰਿਆਂ ਨੇ ਜੋ ਮੈਨੂੰ ਬਹੁਤ ਪਿਆਰ ਦਿੱਤਾ, MLA ਬਣ ਕੇ ਮੈਂ ਅੱਜ ਤੁਹਾਡੇ ਵਿੱਚ ਇਸ ਜਾਗਰਣ 'ਚ ਪਹਿਲੀ ਵਾਰ ਆਇਆ। ਸੋ ਤੁਹਾਡੇ ਪਿਆਰ ਸਦਕਾ ਤੁਸੀਂ ਮੈਨੂੰ ਉਸ ਪਵਿੱਤਰ ਮੰਦਿਰ ਦੇ ਵਿੱਚ ਭੇਜਿਆ, ਸਿਆਸਤ ਦੇ ਜਿਹੜਾ ਪਵਿੱਤਰ ਥੰਮ ਆ, ਜਿੱਥੇ ਜਾ ਕੇ ਮੈਂ ਤੁਹਾਡੀ ਗੱਲ ਕਰਨੀ ਆ ਉੱਥੇ ਕਰਦਾ, ਉਹ ਤੁਹਾਡੇ ਆਪਣੇ ਇਲਾਕੇ ਦੇ ਜਿਹੜੇ ਮਸਲੇ ਹੱਲ ਕਰਨੇ ਆ ਉਹ ਤੁਹਾਡੇ ਸਹਿਯੋਗ ਨਾਲ ਕਰ ਰਿਹਾ। ਔਰ ਮੇਰੀ ਹਮੇਸ਼ਾ ਇਹੋ ਹੀ ਕੋਸ਼ਿਸ਼ ਰਹੂਗੀ ਵੀ ਮੈਂ ਆਪਣੇ ਪਰਿਵਾਰਾਂ ਲਈ ਜੋ ਵੀ ਚੰਗਾ ਕਰ ਪਾਵਾਂ ਉਹ ਕਰਾਂ। ਜਿਹੜਾ ਮੇਰਾ ਹਮੇਸ਼ਾ ਕਿਹਾ ਜਾਂਦਾ ਸੀ, ਇਹ ਇਲਾਕਾ ਪਛੜਿਆ ਹੋਇਆ, ਇਹਨੂੰ ਮੈਂ ਦੇਖਣਾ ਚਾਹੁੰਦਾ ਮੋਰੀਆਂ ਕਤਾਰਾਂ 'ਚ, ਹਰ ਪੱਖੋਂ ਇਹ ਤਰੱਕੀ ਕਰੇ ਇਲਾਕਾ, ਸ਼ਾਹਪੁਰ ਦਾ ਪੂਰਾ ਹਲਕਾ, ਹਰ ਪਿੰਡ ਦੇ ਵਿੱਚ ਖੁਸ਼ਹਾਲੀ ਹੋਏ, ਹਰ ਪਰਿਵਾਰ ਸੁਖੀ ਵਸੇ। ਇਹ ਮੇਰੀ ਹਮੇਸ਼ਾ ਕੋਸ਼ਿਸ਼ ਹੋਊਗੀ, ਕਿਉਂਕਿ ਹਮੇਸ਼ਾ ਤੁਹਾਡੇ ਸਾਰਿਆਂ ਨੂੰ ਬਹੁਤ ਪਿਆਰ ਮਿਲਦਾ। ਹਮੇਸ਼ਾ ਜਦੋਂ ਵੀ ਕਿਤੇ ਕੋਈ ਵੀ ਸੁਨੇਹਾ ਭੇਜਦਾ ਤੁਸੀਂ ਚੌਗਣਾ ਕਰਕੇ ਮੈਨੂੰ ਉਹ ਸੁਨੇਹਾ ਮੋੜਦੇ ਹੋ, ਤਾਂ ਮੈਂ ਵੀ ਤੁਹਾਡਾ ਇਸੇ ਕਰਕੇ ਕਹਿੰਦਾ ਕਰਜ਼ਦਾਰ ਆ, ਰਿਣੀ ਆ, ਤਾਂ ਕਰਜ਼ਦਾਰ ਰਹੂੰਗਾ ਵੀ। ਸੋ ਬਹੁਤ ਬਹੁਤ ਧੰਨਵਾਦ, ਅੱਜ ਬਹੁਤ ਬਹੁਤ ਵਧਾਈ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ, ਸਮੂਹ ਨਗਰ ਨਿਵਾਸੀਆਂ ਨੂੰ, ਸਾਰੇ ਪਰਿਵਾਰ ਜਿੰਨੇ ਬੈਠੇ ਆ, ਸਰਪੰਚ ਸਾਹਿਬ ਬਲਦੇਵ ਸਿੰਘ ਜੀ, ਇਹਨਾਂ ਦੇ ਸਾਰੇ ਸਾਥੀ, ਔਰ ਇੱਥੋਂ ਦੇ ਜਿਹੜੇ ਨੌਜਵਾਨ ਸਾਡੇ ਬੱਚੇ ਆ, ਜਿਨ੍ਹਾਂ ਦੇ ਯਤਨਾਂ ਸਦਕਾ ਅਸੀਂ ਇਹ ਸਾਰੇ ਪਰਿਵਾਰ ਰਲ ਕੇ ਇਹ ਦਿਨ ਮਨਾਉਂਦੇ ਹਾਂ, ਉਹਨਾਂ ਨੂੰ ਵੀ ਸਾਰੇ ਨੌਜਵਾਨਾਂ ਨੂੰ ਵੀ ਤਰੱਕੀ ਦੀ ਅਰਦਾਸ ਕਰੀਏ ਆਪਾਂ। ਪਰਮਾਤਮਾ ਉਹਨਾਂ ਨੂੰ ਵੀ ਹੋਰ ਬਲ ਬਖਸ਼ੇ, ਔਰ ਚੜ੍ਹਦੀ ਕਲਾ 'ਚ ਰਹਿਣ, ਇੱਦਾਂ ਹੀ ਸਾਰੇ ਆਪਾਂ ਰਲ ਕੇ ਪਿਆਰ ਵੰਡਦੇ ਰਹੀਏ। ਬਹੁਤ ਬਹੁਤ ਵਧਾਈ, ਬਹੁਤ ਬਹੁਤ ਧੰਨਵਾਦ।
ਜਕਾਰਾ ਸ਼ੇਰਾਲੀ ਦਾ ਬੋਲ ਸੱਚੇ ਦਰਬਾਰ ਕੀ ਹੈ। ਸੋ ਹੁਣ ਜੋ ਉਹਨਾਂ ਦਾ ਸਾਡੇ MLA ਸਾਹਿਬ ਬੱਬੇ ਸਿੰਘ ਜੀ ਲਾਡੀ ਸ਼ੇਰਵਾਲੀਆ ਸਾਹਿਬ ਉਹਨਾਂ ਦਾ ਸਨਮਾਨ ਕਰ ਰਹੇ ਨੇ ਸਰਦਾਰ ਬਹਾਦਰ ਬਲਦੇਵ ਸਿੰਘ ਸਿਸਪਾਲ ਸਾਹਿਬ ਮਿਹਰਬਾਨੀ ਸ਼ੁਕਰੀਆ ਕਿ ਅੱਜ ਕੀ ਰਾਤ ਰਹੇ PA ਸਾਹਿਬ ਅਰਵਿੰਦ ਕੁਮਾਰ ਜੀ ਜੋ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਸਰਪੰਚ ਸਾਹਿਬ ਜੀ ਜਕਾਰਾ ਮਾਂ ਸ਼ੇਰਾਂ ਵਾਲੀ ਦਾ ਬੋਲੀਏ ਸੱਚੇ ਦਰਬਾਰ ਕੀ ਅੱਗੇ ਪਿੰਡੇ ਉੱਤੇ ਰਹਿਮਦਾ ਤੂੰ ਕਰੀ ਦਾਤੀਏ ਆ ਜਾ ਸ਼ੇਰੀ ਉੱਤੇ ਬਹਿ ਕੇ ਸ਼ੇਰਾਂ ਵਾਲੀਏ ਤੂੰ ਮਾਤਾ ਪਿੰਡ ਵਾਲੇ ਕਰਵਾਉਣ ਰਲ ਤੇਰਾ ਜਗ ਰਤਾ ਸ਼ੇਰਾਂ ਵਾਲੀ ਦਾ ਜੇ ਮੇਰੇ ਕੋਲ ਗਲਤੀ ਹੋ ਜਾਵੇ ਅੱਗਾ ਪਿੱਛਾ ਵੇਖ ਕੇ ਜਾਂ ਗਲਤ ਮੰਤ ਕਿਹਾ ਹੋਵੇ ਤੇ ਮੈਨੂੰ ਮਾਫ ਕਰਨਾ। ਜੈ ਮਾਤਾ ਦੀ, ਜੈ ਮਾਤਾ।